ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ਦੇ ਪਿੰਡ ਅਵਾਖਾ ਦੇ ਵਿੱਚ ਘਰ 'ਚ ਸਵੇਰ 3 ਵਜੇ ਦੇ ਕਰੀਬ ਅਸਮਾਨੀ ਬਿਜਲੀ ਗਿਰਨ ਦੇ ਨਾਲ ਹਜ਼ਾਰਾਂ ਦੇ ਬਿਜਲੀ ਉਪਕਰਨ ਜਲ ਕੇ ਖਰਾਬ ਹੋ ਗਏ ਨੇ। ਬਿਜਲੀ ਗਿਰਨ ਤੋਂ ਬਾਅਦ ਜ਼ੋਰਦਾਰ ਧਮਾਕੇ ਨਾਲ ਘਰ ਦੀਆਂ ਛੱਤਾਂ ਤੇ ਦੀਵਾਰਾਂ 'ਚ ਵੀ ਦਰਾਰਾਂ ਆ ਗਈਆਂ ਨੇ। ਪਰ ਚੰਗੀ ਗੱਲ ਇਹ ਰਹੀ ਕਿ ਜਿਸ ਕਮਰੇ ਦੇ ਵਿੱਚ ਬਿਜਲੀ ਗਿਰੀ ਸੀ ਉਸ ਕਮਰੇ ਦੇ ਵਿੱਚ ਪਰਿਵਾਰ ਸੋਇਆ ਹੋਇਆ ਸੀ। ਪਰ ਸ਼ੁਕਰ ਹੈ ਕਿ ਕਿਸੇ ਦੀ ਜਾਨ ਨਹੀਂ ਗਈ ਤੇ ਹੁਣ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਕਿ ਆਪਦਾ ਮਕਾਨ ਠੀਕ ਢੰਗ ਨਾਲ ਠੀਕ ਕਰਵਾ ਸਕਣ। ਮਹਾਰਾਜ ਜੀ, ਤੇ ਇਹ ਬੱਚੇ ਸਾਡੇ ਮੇਰੇ ਜਿੱਥੇ ਬਿਜਲੀ ਪਈ ਆ ਉੱਥੇ, ਮਤਲਬ ਕਿ ਪਹਿਲਾਂ ਟੀ ਵੀ ਦੇ ਪਈ ਆ ਕੇ, ਅਤੇ ਮੇਰੀ ਬੇਟੀ ਅਤੇ ਮੇਰੇ ਘਰ ਵਾਲੀ ਵਾਈਫ ਜਿਹੜੀ ਆ ਉਹ ਸੁੱਤੇ ਪਏ ਨਾਲ ਹੀ। ਇੱਥੋਂ ਸਾਰਾ ਕੁਝ ਫਰਿੱਜ ਦੇ ਮਤਲਬ ਵਾਸ਼ਿੰਗ ਮਸ਼ੀਨ ਨੂੰ ਇੱਥੋਂ ਮਤਲਬ ਸਾਰਾ ਬੈਰਿੰਗ ਸਾਰੀ ਸਾੜੀ ਹੈ। ਇੱਥੋਂ ਕਰਾਸ ਹੋ ਕੇ ਫਿਰ ਉੱਪਰ ਨੂੰ ਗਈ ਆ ਬੈਡਰੂਮ ਤੋਂ, ਫਿਰ ਉੱਪਰ ਜਾ ਕੇ ਮੋਮ ਦੀ ਵੀ ਜਿਹੜੀ ਟੈਂਕੀ ਉੱਪਰ ਪਾਣੀ ਰੱਖੀ ਸੀ ਉੱਥੋਂ ਲੈਂਟਰ ਕਰਾਸ ਕਰਕੇ ਇਹਨਾਂ ਪਾੜਿਆ ਨੂੰ, ਉਹਦੇ ਨਾਲ ਹੀ ਸਾਰੀਆਂ ਡੇਰਾਂ ਦੋਨਾਂ ਸਾਰੀਆਂ ਕੰਧਾਂ 'ਚ ਵੀ ਆ ਗਈਆਂ, ਜਿਹੜਾ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ। ਮੈਨੂੰ ਲੱਗਦਾ ਕਿ ਮਕਾਨ ਦੁਬਾਰਾ ਬਣਾਉਣਾ ਪੈਣਾ, ਠੀਕ ਹੈ ਨਾ। ਮੈਂ ਇੱਕ ਮਜ਼ਦੂਰ ਬੰਦਾ, ਕੋਈ ਸਰਕਾਰੀ ਨੌਕਰੀ ਤਾਂ ਕਰਦੇ ਨਹੀਂ, ਬੱਚੇ ਪੜ੍ਹਦੇ ਆ, ਠੀਕ ਹੈ। ਮੈਂ ਸਰਕਾਰ ਕੋਲ ਮੰਗ ਕਰਦਾ ਕਿ ਮੈਨੂੰ ਵੱਧ ਤੋਂ ਵੱਧ ਇਹਦਾ ਜਿਹੜਾ ਮੁਆਵਜ਼ਾ ਦਿੱਤਾ ਜਾਏ ਤਾਂ ਕਿ ਮੈਂ ਮਕਾਨ ਨੂੰ ਹੋ ਸਕਦਾ ਦੁਬਾਰਾ ਤੋੜ ਕੇ ਨਾ ਬਣਾਇਆ ਪੈਣਾ, ਅਤੇ ਮੈਨੂੰ ਉਹਦੀ ਜਿਹੜੀ ਵੱਧ ਤੋਂ ਵੱਧ ਮਦਦ ਕੀਤੀ ਜਾਏ, ਇਹੋ ਮੈਂ ਸਰਕਾਰ ਤੋਂ ਮੰਗ ਕਰਦਾ। ਇਹ ਕੋਈ 3 ਵਜੇ ਦੀ ਤਕਰੀਬ ਬਿਜਲੀ ਪਈ ਹੈ। ਮੈਂ ਪ੍ਰਾਈਵੇਟ ਜੋਬ ਕਰਦਾ, ਉੱਥੋਂ ਮੈਂ ਸਵੇਰੇ ਆਇਆ ਅਤੇ ਮੈਨੂੰ ਆ ਕੇ ਪਤਾ ਚੱਲਿਆ ਜਦੋਂ ਮੈਂ ਦੇਖਿਆ ਮੇਰਾ ਬਹੁਤ ਭਾਰੀ ਨੁਕਸਾਨ ਹੋਇਆ ਔਰ ਮੇਰੇ ਘਰ ਦੇ ਬੱਚੇ ਸਹਿਮੇ ਪਏ ਸੀ। ਮੈਂ ਉਹਨਾਂ ਨੂੰ ਬੜੀ ਦੇਰ ਬਾਅਦ ਮੈਂ ਉਹਨਾਂ ਨੂੰ ਦੇਖਿਆ ਵੀ ਕਿੱਥੇ ਚਲਤ ਨੂੰ ਕਾਰ ਨਾਲ ਦੇ ਸਾਡੇ ਘਰ ਉਹਨਾਂ ਨੂੰ ਉੱਥੇ ਲੈ ਗਏ ਸੀਗਾ ਵੀ ਹੋ ਸਕਦਾ ਬਿਜਲੀ ਦੇ ਅੰਦਰ ਕੋਈ ਸ਼ਾਟ ਹੋਏ ਕੁਝ ਵੀ ਹੋਏ, ਇਸ ਡਰ ਦੇ ਮਾਰੇ ਘਰੋਂ ਇਹ ਬਾਹਰ ਦੂਸਰੇ ਘਰ 'ਚ ਲੈ ਗਏ ਸਾਡੇ। ਹਾਂਜੀ, ਉਸੇ ਕਮਰੇ ਜਿੱਥੇ ਬਿਜਲੀ ਪਈ ਉੱਥੇ ਕਮਰੇ ਸੁੱਤੇ ਰਹੀ। ਹਾਂਜੀ, ਮੈਂ ਅਤੇ ਮੇਰੀ ਬੇਟੀ ਸੁੱਤੇ ਰਹੀ ਬੈੱਡ 'ਤੇ। ਹਾਂਜੀ, ਕਰੀਬ 3 ਵਜੇ ਦੀ ਗੱਲ ਹੈ ਅਤੇ ਅਸੀਂ ਸੁੱਤੇ ਰਹੀ, ਇੱਕਦਮ ਹੀ ਬਿਜਲੀ ਪਈ ਹੈ। ਪਹਿਲਾਂ ਟੀ ਵੀ 'ਤੇ ਪਈ ਹੈ, ਫਿਰ ਫਰਿੱਜ 'ਤੇ, ਜੋ ਵੀ ਬਿਜਲੀ ਦੀਆਂ ਚੀਜ਼ਾਂ ਸੀ ਮਤਲਬ ਸਾਰੀਆਂ ਸੜ ਗਈਆਂ। ਫਿਰ ਲੈਂਟਰ ਪਾੜ ਕੇ ਅਤੇ ਫਿਰ ਨਿਕਲੀ ਹੈ ਉੱਪਰ। ਫਿਰ ਉੱਪਰ ਸਾਡੀ ਟੈਂਕੀ 'ਤੇ ਪਈ ਹੈ, ਉੱਪਰ ਵਾਲੇ ਵੀ 2 ਜਗ੍ਹਾ ਲੈਂਟਰ ਪਾੜ ਕੇ ਅਤੇ ਟੈਂਕੀ 'ਤੇ ਫਟ ਗਈ ਸਾਡੀ। ਨੁਕਸਾਨ ਸਾਰਾ ਕਾਫੀ ਹੋ ਗਿਆ, ਜੋ ਵੀ ਬਿਜਲੀ ਵਾਲਾ ਸਮਾਨ ਸੀ ਸਾਰਾ ਸਾਰਾ ਸੁੱਟ ਗਿਆ। ਲੈਂਟਰ ਵੀ 2-3 ਜਗ੍ਹਾ ਪਾਟ ਗਿਆ, ਕਮਰੇ 'ਚੋਂ ਵੀ ਪਾਟਿਆ, ਫਿਰ ਉੱਪਰੋਂ ਵੀ 2-3 ਜਗ੍ਹਾ ਲੈਂਟਰ ਵੀ ਪਾਟਿਆ। ਅਸੀਂ ਅੰਦਰ ਹੀ ਸੁੱਤੇ ਰਹੀ, ਸਾਡਾ ਚਲੋ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ। ਜੇ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਸਾਡੀ ਮਦਦ ਕਰੇ, ਕਿਉਂਕਿ ਸਾਡੀ ਇਨਕਮ ਦਾ ਕੋਈ ਇੰਨਾ ਸਾਧਨ ਨਹੀਂ ਹੈ। ਇਹ ਵੀ ਹਸਬੈਂਡ ਮੇਰੇ ਨਾਈਟ ਡਿਊਟੀ ਕਰਦੇ ਆ ਅਤੇ ਮੈਂ ਵੀ ਇੱਦਾਂ ਹੀ ਘਰੇ ਅਤੇ ਇਸ ਕਰਕੇ ਇਨਕਮ ਦਾ ਕੋਈ ਸਾਧਨ ਨਹੀਂ ਹੈ। ਤੁਹਾਡੀ ਮਦਦ ਕੀਤੀ ਜਾਏ ਮਕਾਨ ਦੀ ਰਿਪੇਅਰ 'ਚ।